ਲਓ ਜੀ ਆਪਣੇ ਪੰਜਾਬੀ ਪੋਲੀਟੀਸ਼ੀਅਨਾਂ ਤੋਂ ਕੰਮ ਕਢਾਉਣ ਦੇ ਮੈਂ ਤੁਹਾਨੂੰ ਕੁਛ ਕੁ ਸੀਕ੍ਰੇਟ ਨੁਕਤੇ ਦੱਸਣ ਲੱਗਿਆ, ਇਹਨੂੰ ਸੇਵ ਕਰਕੇ ਰੱਖ ਲਓ, ਜ਼ਿੰਦਗੀ 'ਚ ਤੁਹਾਡੇ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਣਗੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ 2 ਨੰਬਰ ਦੇ ਕੰਮ ਦੀ ਗੱਲ ਨਹੀਂ ਕਰਦਾ, 2 ਨੰਬਰ ਦਾ ਕੰਮ ਕੋਈ ਵੀ ਬੰਦਾ ਕਰਦਾ ਹੋਵੇ, ਜਿਹੜੀ ਮਰਜ਼ੀ ਸਰਕਾਰ ਹੋਵੇ ਉਹਦੇ ਲਫੜਾ ਹੀ ਫੇਰਦੀ ਹੈ। ਸੋ ਇਹ 2 ਨੰਬਰੀਆ ਕੋਈ ਵੀ ਆਪਦੇ ਨਾਲ ਰਿਲੇਟ ਨਾ ਕਰੇ, ਇਹ ਸਿਰਫ 1 ਨੰਬਰ ਕੰਮ ਕਰਨ ਵਾਲੇ ਬੰਦਿਆਂ ਲਈ ਹੈ। ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਵੀ ਤੁਹਾਡਾ ਕੰਮ ਤਾਂ ਵੈਸੇ ਹੋ ਜਾਣਾ, ਪਰ ਜੇ ਕਿਤੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਮਾੜਾ ਜਿਹਾ ਕਹਿ ਦੇਣ ਮੇਰਾ ਕੰਮ ਛੇਤੀ ਹੋ ਜਾਊਗਾ, ਤਾਂ ਤੁਸੀਂ ਕੀ ਕਰਨਾ, ਮੁੱਖ ਮੰਤਰੀ ਪੰਜਾਬ ਤੋਂ ਟਾਈਮ ਲੈ ਲੈਣਾ, ਜਦੋਂ ਕੋਠੀ ਜਾ ਵੜੇ ਫਾਇਲ ਫੂਲ ਆਪਦੀ ਲੁਕੋ ਲੈਣੀਆਂ ਨੇ, ਫਿਰ ਨੂੰ ਫਿਰ ਸਤਿ ਸ੍ਰੀ ਅਕਾਲ ਬੁਲਾ ਕੇ ਜਦੋਂ ਬਹਿ ਗਏ ਤਾਂ ਤੁਸੀਂ ਆਪਦੇ ਕੰਮ ਦੀ ਗੱਲ ਨਹੀਂ ਕਰਨੀ, ਤੁਸੀਂ ਪਹਿਲਾਂ ਖੇਡਾਂ ਦੀਆਂ ਗੱਲਾਂ ਕਰਨੀ ਵੀ ਜੀ, ਜਿਹੜੇ ਤੁਸੀਂ ਖੇਡਾਂ ਵਤਨ ਪੰਜਾਬ ਦੀਆਂ ਕਰਾਇਆ, ਇੱਥੋਂ ਗੱਲ ਤੋਰ ਕੇ NBA 'ਚ ਲੈ ਵੜਨੀ ਆ ਬਾਸਕਟਬਾਲ 'ਚ, ਵੀ ਜੀ ਜਿਹੜਾ ਟੋਨੀ ਕਲੇਅਰ ਬੈਂਕ ਸ਼ਾਟ ਮਾਰਦਾ ਉਹ ਤੋਂ ਮੈਂ ਬਹੁਤ ਪ੍ਰਭਾਵਿਤ ਸੀ, ਲਿਬਰੋਨ ਜੇਮਸ ਡੰਕ ਬਹੁਤ ਵਧੀਆ ਮਾਰਦਾ, ਵਿਚਿਤਰ ਰਾਜ ਪਿੱਲੇ ਦੇ ਪਲਾਂਟੀ ਸਟੋਕ, ਪਰਗਟ ਸਿੰਘ ਦੇ ਗੋਲ, ਵਿੱਚੀ ਧਿਆਨ ਚੰਦ ਦੇ ਗੋਲ, ਹਾਕੀ ਲਿਆਉਣੀ ਆ, ਵਿੱਚੀ ਕ੍ਰਿਕਟ ਨੱਪ ਲੈਣੀ ਆ, ਪਰ ਥੋੜ੍ਹਾ ਮੋਟਾ ਪੜ੍ਹ ਕੇ ਜਾਇਓ, ਮੈਂ ਪਹਿਲਾਂ ਹੀ ਕਹੀ ਜਾਣਾ ਕਿਤੇ ਉੱਥੇ ਇਹ ਨਾ ਕਹਿ ਦਿਓ ਜੀ ਧਿਆਨ ਚੰਦ ਅਤੇ ਸਚਨ ਜਦੋਂ ਖੜ ਜਾਂਦੇ ਸੀ 300 ਵੱਟਦੀ ਪਈ, ਫਿਰ ਤੁਹਾਡੇ ਮੁੱਕੀ ਵੀ ਫੇਰੂ ਅਗਲਾ, ਫਿਰ ਉਹਨਾਂ ਨੇ ਉਹਦੀ ਕਹਿਣਾ ਸੁੱਖੀ ਅਗਲੇ ਬੰਦੇ ਭੇਜੋ ਉਹਨਾਂ ਨੂੰ ਬਾਹਰ ਕੱਢ ਤੂੰ। ਸੋ ਹੋਮਵਰਕ ਕਰਕੇ ਆਉਣਾ, ਕਿਉਂਕਿ ਮੁੱਖ ਮੰਤਰੀ ਸਾਹਿਬ ਖੇਡਾਂ ਦੇ ਜ਼ਿਆਦਾ ਸ਼ੌਕੀਨ ਨੇ, ਖੇਡਾਂ ਦੀਆਂ ਗੱਲਾਂ ਤੋਰਦੇ ਤੋਰਦੇ ਜੇ ਤੁਹਾਨੂੰ 5 ਮਿੰਟ ਦਿੱਤੇ ਹੋਣਗੇ ਤਾਂ ਮੈਂ ਸ਼ਰਤ ਲਾ ਕਹਿਣਾ ਤੁਹਾਨੂੰ 50 ਮਿੰਟ ਨਹੀਂ ਉੱਥੋਂ ਉੱਠਣ ਦਿੰਦੇ, ਫਿਰ ਐਂਡ 'ਤੇ ਜਦੋਂ ਵਿੱਚ ਇੱਕ ਗੈਪ ਮਿਲਿਆ 45 ਮਿੰਟ ਲੰਘੇ ਗੱਲਾਂ ਕਰਦਿਆਂ ਨੂੰ, ਫਿਰ ਤੁਸੀਂ ਆਪਦੀ ਫਾਇਲ ਹੌਲੀ ਹੌਲੀ ਖਿਸਕਾ ਕੇ ਨੇੜੇ ਕਰਨ ਲੱਗ ਜਾਣੀਆਂ, ਅਤੇ ਉਂਗਲਾਂ ਦੇ ਉੱਪਰ ਨਾ ਚਿੱਟੀ ਟੇਪ ਲਪੇਟ ਕੇ ਜਾਇਓ ਜਿਹੜੀ ਆਪਣੇ ਪਿੰਡਾਂ 'ਚ ਲਪੇਟੀ ਹੁੰਦੀ ਆ, ਤਾਂ ਉਹੀ ਹੱਥ ਨਾਲ ਫਾਇਲ ਫੜਾਉਣੀ, ਮੁੱਖ ਮੰਤਰੀ ਸਾਹਿਬ ਦੇ ਉਹ ਚੇਪੀਆਂ ਅੱਖਾਂ 'ਚ ਵੱਜਣ, ਜੇ ਤੁਹਾਨੂੰ ਕਿਤੇ ਮਾੜਾ ਜਿਹਾ ਪੁੱਛ ਲਿਆ ਵੀ ਆਹ ਕੀ ਹੋਇਆ, ਉਹਦੀ ਕਹਿ ਦੇਣਾ ਕਹਿ ਜੀ ਇਹ ਵਾਲੀਬਾਲ ਨੇ ਉਂਗਲਾਂ ਵਿੰਗੀਆਂ ਕਰਤੀਆਂ, ਸ਼ੂਟਿੰਗ ਖੇਡਦਾ ਨਾ ਮੈਂ। ਜੇ ਕਿਤੇ ਤੁਸੀਂ ਘੁੰਮ ਫਿਰਾ ਕੇ ਉੱਥੇ ਪੱਕੀ ਵਾਲੀਬਾਲ ਦਾ ਜ਼ਿਕਰ ਕਰਤਾ ਤਾਂ ਮੈਂ ਸ਼ਰਤ ਲਾ ਕੇ ਕਹਿਣਾ ਹਰਾ ਪੈਨ ਝਿਣਕ ਕੇ ਸਾਈਨ ਹੋਣਗੇ ਤੁਹਾਡੀ ਫਾਈਲ 'ਤੇ, ਕੰਮ ਹੋਣ ਵਾਲਾ ਹੋਵੇ। ਵਾਲੀਬਾਲ ਦੇ ਜ਼ਿਕਰ ਤੋਂ ਬਾਅਦ ਤਾਂ ਇਹ ਵੀ ਹੋ ਸਕਦਾ ਵੀ ਤੁਹਾਨੂੰ ਮਾਨ ਸਾਹਿਬ ਨਾਲ ਦੀ ਨਾਲ ਕਹਿਣਾ ਤੇਰੀ ਦਫ਼ਤਰ ਫਾਇਲ 'ਚ ਪਹੁੰਚੂ, ਤੂੰ ਮੇਰਾ ਕੱਪ ਲਵਾ ਕੇ ਜਾ ਯਾਰ ਵਾਲੀਬਾਲ, ਆਇਆ ਸਰਬਜ ਕਰ ਸਰਬਜ ਕਰ ਇੱਥੇ ਖੜ ਕੇ, ਕਿਉਂਕਿ ਹਰੇਕ ਲੀਡਰ ਦਾ ਇੱਕ ਟੈਕਟ ਹੁੰਦਾ ਹੈਗਾ, ਸਿੱਧਾ ਨਾ ਜਾ ਕੇ ਕੰਮ ਨੂੰ ਰੋਣ ਲੱਗ ਜਾ ਕਰੋ, ਹੋਮਵਰਕ ਕਰਕੇ ਜਾਇਆ ਕਰੋ ਘਰੋਂ। ਹੁਣ ਅਗਲੀ ਗੱਲ ਆਉਂਦੀ ਹੈ, ਤੁਹਾਨੂੰ ਲੱਗਦਾ ਤੁਹਾਡਾ ਕੋਈ ਕੰਮ ਆਪਣੇ ਖੇਡ ਮੰਤਰੀ ਨੇ ਜਿਹੜੇ ਮੀਤ ਹੇਅਰ ਜੀ ਤੋਂ ਹੋਣ ਵਾਲਾ ਹੈ, ਹੁਣ ਜਿਵੇਂ MP ਨੇ ਉਹ ਵੀ ਉਹਨਾਂ ਦੇ ਥਰੂ ਹੋਣ ਵਾਲਾ ਕੰਮ ਹੈ, ਤਾਂ ਤੁਸੀਂ ਮੀਤ ਹੇਅਰ ਜੀ ਤੋਂ ਟਾਈਮ ਲੈ ਲੈਣਾ, ਉੱਥੇ ਜਾਣ ਸਰ ਕੋਈ ਕੰਮ ਦੀ ਗੱਲ ਨਹੀਂ ਕਰਨਾ, ਅਸਲੀ ਗੱਲ ਬੁਲਾ ਕੇ ਜਦੋਂ ਬੈਠੇ ਘਰੋਂ ਥੋੜ੍ਹਾ ਜਿਹਾ ਹੋਮਵਰਕ ਕਰਕੇ ਜਾਣ, ਹਰੇਕ ਮੰਤਰੀ ਦਾ ਡਿਫਰੈਂਟ ਹੋਮਵਰਕ ਹੈ, ਤਾਂ ਤੁਸੀਂ ਕੀ ਕਰਨਾ, ਪਿੰਡ ਵਾਲੇ ਲੰਡਰ ਕੁੱਤੇ ਤੋਂ ਲੈ ਕੇ ਫ੍ਰੈਂਚ ਮਾਸਟਿਫ ਤੱਕ ਜਿੰਨੀਆਂ ਨਸਲਾਂ ਨੇ ਕੁੱਤਿਆਂ ਦੀਆਂ ਸਾਰਿਆਂ ਦੇ ਫੀਚਰ ਪੜ੍ਹ ਕੇ ਜਾਣੇ ਨੇ, ਵੀ ਫਲਾਨੇ ਦੇ ਕੰਨ ਵਾਲੇ ਸੋਹਣੇ ਨੇ ਜੀ, ਫਲਾਨਾ ਪੂੰਸ ਵਾਲੀ ਸੋਹਣੀ ਹਿਲਾਉਂਦਾ ਜੀ, ਫਲਾਨੇ ਦਾ ਤੋਰਾ, ਫਲਾਨੇ ਦੀ ਜੀਭ, ਸਾਰੇ ਕੁੱਤਿਆਂ ਬਾਰੇ, ਕਿਉਂਕਿ ਮੀਤ ਬਾਈ ਹੈਗਾ ਡੋਗ ਲਵਰ ਬਹੁਤ ਜ਼ਿਆਦਾ, ਜੇ ਕਿਤੇ ਤੁਸੀਂ ਕੁੱਤਿਆਂ ਦੀਆਂ ਗੱਲਾਂ ਤੋਰ ਲਈਆਂ, 5 ਮਿੰਟ ਤੁਹਾਨੂੰ ਦਿੱਤੇ ਹੋਏ ਉਹਨਾਂ ਨੇ ਮਿਲਣ ਨੂੰ, ਤਾਂ 40 ਤੋਂ 50 ਮਿੰਟ ਆਰਾਮ ਨਾਲ ਲੰਘ ਜਾਣੇ ਨੇ ਉੱਥੇ। ਪਰ ਮੇਕ ਸ਼ੋਰ, ਮੈਂ ਫਿਰ ਕਹੀ ਜਾਂਦਾ ਇਹਦੇ ਬਾਰੇ ਤੁਹਾਨੂੰ ਨੌਲੇਜ ਹੋਵੇ, ਕਿਤੇ ਉੱਠਣ ਲੱਗੇ ਮੇਰੇ ਵਾਂਗੂ ਐਂ ਨਾ ਕਹਿ ਦਿਓ, ਪਰ ਹੋਰ ਗੱਲਾਂ ਦੀਆਂ ਗੱਲਾਂ ਜੀ ਕਤੀੜ ਤੰਗ ਬਹੁਤ ਕਰਦੀ, ਫਿਰ ਅਗਲਾ ਲੱਤਾਂ ਵੀ ਲਾਊ ਤੁਹਾਡੇ। ਜਦੋਂ 40 ਮਿੰਟ ਹੋ ਗਏ ਤਾਂ ਤੁਸੀਂ ਆਪਦੀ ਫਾਇਲ ਹੌਲੀ ਹੌਲੀ ਨੇੜੇ ਕਰਦੇ, ਕਹਿ ਜੀ ਮੇਰੇ ਕੋਲ ਤਾਂ 15-16 ਕੁੱਤੀਆਂ ਹੈਗੇ ਨੇ, ਇੱਕ ਗੱਪ ਵੀ ਵੱਢਣਾ, ਕਹਿ ਜੀ ਉਹ 'ਚੋਂ 3-4 ਸੂਈਆਂ ਵੀ ਨੇ, ਮਸਾਂ ਟਾਈਮ ਜਾ ਕੱਢ ਕੇ ਆਇਆ ਜੀ, ਤੁਹਾਡੇ ਦਰਸ਼ਨ ਵੀ ਹੋ ਗਏ, ਚਲੋ ਜੇ ਕੰਮ ਹੋ ਜਾਵੇ ਤਾਂ 90% ਚਾਂਸ ਹੈ ਤੁਹਾਡਾ ਕੰਮ ਹੋ ਕੇ ਮੁੜੂ, ਕਿਉਂਕਿ ਮੀਤ ਬਾਈ ਦਾ ਸਿੱਧਾ ਹਿਸਾਬ ਹੈ, ਬੰਦਿਆਂ ਨੂੰ ਵੀ ਬਹੁਤ ਪਿਆਰ ਨਾਲ ਮਿਲਦਾ, ਕੁੱਤਿਆਂ ਦਾ ਵੀ ਬਹੁਤ ਮੋਹ ਪ੍ਰੇਮ ਕਰਦਾ, ਪਰ ਕੁੱਤੇ ਬੰਦੇ ਨੂੰ ਨਹੀਂ ਮੂੰਹ ਲਾਉਂਦਾ, ਗੱਲ ਸਿੱਧੀ ਹੈ, ਲੱਫੜ ਨਾ ਖਾ ਲਿਓ, ਥੋੜ੍ਹਾ ਜਿਹਾ ਪ੍ਰਪੇਅਰ ਹੋ ਕੇ ਜਾਣਾ, ਇਹ ਵੀ IAS ਦਾ ਐਗਜ਼ਾਮ ਹੀ ਹੈ ਇੱਕ ਹਰੇਕ ਮੰਤਰੀ ਦਾ।